असला अब जुमेरा शवालकरम की छब्बी हाड़ की चार ते जून की अठारह तारीखियोरत खबर सुनो खास खास खबर वजीर आजम ने कहा है कि विफाकी हुकूमत ने अंदरूने सिंध की गुरबत वेखद्यासासाफी फंड रखे ਕੰਟਰੋਲ ਲਾਈਨ ਦੇ ਨਕਿਆਲ ਤੇ ਬਖਸਰ ਸੈਕਟਰ ਵਿੱਚ ਭਾਰਤੀ ਫੌਜ ਦੀ ਬਿਲਾਇਸ਼ਤਾਲ ਫਾਇਰਿੰਗ ਨਾਲ ਇੱਕ ਔਰਤ ਸਨੇ ਚਾਰ ਲੋਕ ਸ਼ਹੀਦ ਹੋ ਗਏ। ਵਜ਼ੀਰ ਖਰਚਾ ਨੇ ਦੁਨੀਆ ਵਿੱਚ ਮੁਲਕ ਦਾ ਚੰਗਾ ਤੇ ਹਕੀਕੀ ਤਾਸੁਰ ਅੱਗੇ ਵਿਧਾਨ ਲਈ مشاورتی گپنا دیتا ہے۔ پنجاب ਦੇ تجارت ਦੇ وزیر ਨੇ ਕਿਹਾ ਹੈ ਕਿ ਪੰਜਾਬ ਰੋਜ਼ਗਾਰ ਸਕੀਮ ਦੇ ਤਹਿਤ ਕਾਰੋਬਾਰ ਦੀ ਬਹਾਲੀ ਲਈ ਲੋਕਾਂ ਨੂੰ ਕਰਜ਼ੇ ਦਿੱਤੇ ਜਾਣਗੇ। ਹੰਦਸੀ ਪੂਰੀਆਂ ਖਬਰਾਂ ਸੁਣਾ। وزیراعظم عمران خان ਨੇ ਕਿਹਾ ਕਿ ਅੰਦਰੂਨੀ ਸਿੰਧ ਗੁਰਬਤ ਵੇਖਦਿਆਂ ਹੋਇਆਂ وفاقی حکومت ਨੇ احساس ਕੈਸ਼ ਪ੍ਰੋਗਰਾਮ ਦੇ ਤਹਿਤ ਲੋਕਾਂ ਲਈ ਇਜ਼ਾਫੀ ਫੰਡ ਰੱਖੇ ਨੇ। ਉਹ ਲਾੜਕਾਨਾ ਵਿੱਚ ਪੀਟੀਆਈ ਦੇ ਕਾਰਕੁਨਾਂ ਨਾਲ ਗੱਲਾਂ ਕਰ ਰਹੇ ਸਨ। وزیراعظم ਨੇ ਕਿਹਾ ਕਿ ਉਨ੍ਹਾਂ ਨੂੰ ਅੰਦਰੂਨੀ ਸਿੰਧ ਦੇ ਲੋਕਾਂ ਦੇ ਮਸਲੇ ਦਾ ਪਤਾ ਹੈ ਤੇ ਉਨ੍ਹਾਂ ਨੇ ਲਾੜਕਾਨਾ ਦਾ ਦੌਰਾ ਇੱਥੇ ਦੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਕੀਤਾ ਹੈ। وزیراعظم ਨੇ ਪਾਰਟੀ ਵਰਕਰਾਂ ਨੂੰ ਕੋਰੋਨਾ وبਾ ਦੇ ਬਾਰੇ ਮੌਸਰ آگاہੀ ਫੈਲਾਉਣ ਦੀ ਹਦਾਇਤ ਵੀ ਦਿੱਤੀ। وزیر اعظم نے لاڑکانہ وچ احساس کیش ایمرجنسی فنڈ وندن دے مرکز دا دورہ کیتا اس موقع تے غربت مکان بارے خصوصی معاون ڈاکٹر ثانیہ نشتر نے وزیر اعظم نوں دسویا کہ سندھ دے 50 لاکھ خانداناں اچ 60 ارب روپے احساس ایمرجنسی کیش پروگرام دے ذریعے وندے جا رہے نے انہاں دسویا کہ احساس کیش پروگرام اچ سندھ دا حصہ 22 فیصد تو بڑھا کے 31 فیصد کر دتا گیا اے تاں جے حقدار خاندان اس پروگرام تو فائدہ چوک سکن ਡਾਕਟਰ ਸਾਨੀਆ ਨਿਸ਼ਤਰ ਨੇ ਕਿਹਾ ਕਿ ਸਿਰਫ ਲਾੜਕਾਨਾ ਵਿੱਚ 185000 ਖਾਨਦਾਨਾਂ ਵਿੱਚੋਂ 115000 ਖਾਨਦਾਨਾਂ ਨੂੰ ਨਕਦ ਮਦਦ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਲਾੜਕਾਨਾ ਦੇ ਹੱਕਦਾਰ ਟਬਰਾਂ ਵਿੱਚ 2 ਅਰਬ 20 ਕਰੋੜ ਰੁਪਏ ਵੰਡੇ ਜਾਣਗੇ ਤੇ ਇਸ ਮਕਸਦ ਲਈ 36 ਮਰਕਜ਼ ਬਣਾਏ ਗਏ ਨੇ। وزیر ਆਜ਼ਮ ਨੇ ਐਮਰਜੈਂਸੀ ਕੈਸ਼ ਪ੍ਰੋਗਰਾਮ ਤੋਂ ਫਾਇਦਾ ਚੁਕਾਣਾਲੇ لوکاں ਨਾਲ گل بات کیتی تے انہاں کولوں کرونا وبائی دی وجہ تو مالی حالات بارے وی پوچھیا وزیر اعظم عمران خان نے اپنے ایک ٹویٹ وچ کیا ہے کہ کرونا وبائی دی وجہ تو سندھ وچ غربت تے بے روزگاری دوجے صوبیاں دے مقابلے وچ بڑی زیادتی ہے۔ انہاں دا کہنا سی کہ وزیر اعظم ریلیف فنڈ وچ سندھ تو 32 فیصد درخواستاں دیتیاں گئیاں جت کے سندھی آبادی پورے ملک دی آبادی دا 22 فیصد ہے۔ ਉਨਾ ਆਖਿਆ ਕਿ ਵਜ਼ੀਰ ਆਜ਼ਮ ਰੀਲੀਫ ਫੰਡ ਦੀ ਤਕਸੀਮ ਵੇਲੇ ਪਤਾ ਚੱਲਿਆ ਕਿ ਬੜੀ ਜ਼ਿਆਦਾ ਮਿਕਦਾਰ ਵਿੱਚ ਛਾਬੜੀ ਵਾਲੇ ਵੀ ਬੇਰੋਜ਼ਗਾਰ ਹੋ ਗਏ ਨੇ ਜਿਨ੍ਹਾਂ ਨੂੰ ਪੁਲਿਸ ਨੇ ਕੰਮਕਾਰ ਤੋਂ ਰੋਕਿਆ ਹੋਇਆ ਏ ਵਜ਼ੀਰ ਆਜ਼ਮ ਦਾ ਕਹਿਣਾ ਹੈ ਕਿ ਉਹਨਾਂ ਨੇ ਵਜ਼ੀਰ ਆਲਾ ਸਿੰਧ ਨੂੰ ਆਖਿਆ ਕਿ ਉਹ ਇਸ ਮਾਮਲੇ ਨੂੰ ਵੇਖਣ ਕਿ ਉਹ ਜੇ ਗਰੀਬ ਲੋਕੀ ਸਮਾਜੀ فاਸਲੇ ਦੇ ਉਸੂਲ ਦੀ ਖਿਲਾਫਤ ਨਹੀਂ ਕਰਦੇ ਤੇ ਇਹਨਾਂ ਨੂੰ ਛਾਬੜੀ ਵਾਲਿਆਂ ਦੇ ਘਰਾਂ ਵਾਲਿਆਂ ਦਾ ਗੁਜ਼ਾਰਾ ਵੀ ਇਸੇ ਰੋਜੀ ਰੋਟੀ ਦਾ ਉਹਨਾਂ ਦਾ ਸਰਯਾ ਹੈ ਸਿਹਤ ਬਾਰੇ ਖੁਸੂਸੀ ਮੁਆਮਿਨ ਡਾਕਟਰ ਜ਼ਫਰ ਮਿਰਜ਼ਾ ਨੇ ਕਿਹਾ ਹੈ ਕਿ ਦੁਨੀਆ ਭਾਰੇ ਚਜੇ ਤੱਕ ਕੋਰੋਨਾ ਵਾਇਰਸ ਦਾ ਕੋਈ ਇਲਾਜ ਨਹੀਂ ਹੈ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਕਿ ਪਿੱਛੇ ਜੇ ਹੋਈ ਤਹਿਕੀਕ ਤੋਂ ਪਤਾ ਚੱਲਿਆ ਹੈ ਕਿ ਕੋਰੋਨਾ ਵਬਾ ਦਾ ਸ਼ਿਕਾਰ ਇੱਕ ਤਿਹਾਈ ਮਰੀਜ਼ ਦਵਾਈ ਡੈਕਸਾ ਮੈਥਾਜ਼ੋਨ ਇਸਤੇਮਾਲ ਕਰਨ ਨਾਲ ਠੀਕ ਹੋਏ ਨੇ ਪਰ ਉਹਨਾਂ ਕਿਹਾ ਕਿ ਇਹ ਦਵਾਈ ਸਿਰਫ ਬਹੁਤੇ ਜ਼ਿਆਦਾ ਬਿਮਾਰ ਮਰੀਜ਼ਾਂ ਲਈ ਹੈ ਤੇ ਲੋਕ ਡਾਕਟਰ ਦੇ مشورے ਤੋਂ ਬਿਨਾਂ ਇਸ ਦਵਾਈ ਨੂੰ ਇਸਤੇਮਾਲ ਨਾ ਕਰਨ ਖੁਸੂਸੀ ਮੁਆਵਿਨ ਨੇ ਲੋਕਾਂ ਨੂੰ ਵਬਾਤ ਤੋਂ ਬਚਣ ਲਈ ਇhtiyati tadbeeran utte amal karan layi kiya ਭਾਰਤੀ ਫੌਜ ਨੇ ਕੰਟਰੋਲ ਲਾਈਨ ਦੇ ਦੋ ਸੈਕਟਰਾਂ ਵਿੱਚ ਆਬਾਦੀ ਉੱਤੇ ਜਾਣਬੁੱਝ ਕੇ ਫਾਇਰਿੰਗ ਕੀਤੀ ਜਿਸ ਦੇ ਨਾਲ ਇੱਕ ਔਰਤ ਸਣੇ ਚਾਰ ਬੰਦੇ ਸ਼ਹੀਦ ਹੋ ਗਏ ਭਾਰਤੀ ਫੌਜ ਨੇ ਨਕਿਆਲ ਤੇ ਬਕਸਰ ਸੈਕਟਰਾਂ ਦੇ ਪਿੰਡਾਂ ਰੱਤਾਜਬਰ ਤੇ ਲਿਵਾਨਾ ਖੇਤਰ ਉੱਤੇ ਫਾਇਰਿੰਗ ਕੀਤੀ ਡੀਜੀਆਈਐਸਪੀਆਰ ਨੇ ਦੱਸਿਆ ਹੈ ਕਿ ਪਾਕ ਫੌਜ ਨੇ ਭਾਰਤੀ ਫਾਇਰਿੰਗ ਦਾ ਚੰਗੇ ਤਰੀਕੇ ਨਾਲ ਜਵਾਬ ਦਿੱਤਾ ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ ਖਾਰਜਾ ਮਾਮਲਿਆਂ ਦੇ ਵਜ਼ੀਰ ਸ਼ਾ ਮਹਿਮੂਦ ਕੁਰੀਸ਼ੀ ਨੇ ਦੁਨੀਆ ਭਾਰੇ ਚ ਪਾਕਿਸਤਾਨ ਦਾ ਚੰਗਾ ਤੇ ਹਕੀਕੀ ਤਾਸੁਰ ਉਭਾਰਨ ਤੇ رائے ਪੈਦਾ ਕਰਨ ਲਈ مشاورتی گروپ ਬਣਾ ਦਿੱਤਾ ਹੈ। ਉਹਨਾਂ ਇਸ ਗਰੁੱਪ ਦੇ ਪਹਿਲੇ اجلاس ਨੂੰ ਖਿਤਾਬ ਵੀ ਕੀਤਾ। اجلاس ਵਿੱਚ اسلام آباد ਵਿੱਚ ਉਹਨਾਂ ਦੀ ਸਦਾਰਤ ਵਿੱਚ ਹੋਇਆ ਗਰੁੱਪ ਵਿੱਚ ਮੁਮਤਾਜ਼ ਦਾਨਿਸ਼ਵਰ ਆਪਣੇ ਕੰਮ ਦੇ ਮਾਹਿਰ ਤੇ ਸਾਬਕ ਸਫੀਰ ਸ਼ਾਮਲ ਨੇ। ਗਰੁੱਪ ਦਾ ਇੱਕ ਮਕਸਦ ਦੁਨੀਆ ਨੂੰ ਪਾਕਿਸਤਾਨ ਦੀ ਸੱਭਿਆਚਾਰਕੀ ਕਦਰਾਂ ਅਦਬ ਤੇ ਖੇਡਾਂ ਬਾਰੇ ਵੀ ਦੱਸਣਾ ਹੈ। ਪਾਰਲੀਮੈਂਟੀ ਮਾਮਲੇ ਦੇ ਵਜ਼ੀਰ-ਏ-ਮਾਮਲਕਤ ਅਲੀ ਮੁਹੰਮਦ ਖਾਨ ਨੇ ਕਿਹਾ ਕਿ وزیراعظم Imran Khan حقیقی ਮਾਨਯਾ ਚ ਵਿفاق ਦੀ ਨੁਮਾਇੰਦਗੀ ਕਰ ਰਹੇ ਨੇ ਤੇ ਉਹ ਮੁਲਕ ਨੂੰ ਤਰੱਕੀ یافتਾ ਤੇ ਖੁਸ਼ਹਾਲ ਵੇਖਣਾ ਚਾਹੁੰਦੇ ਨੇ। ਉਹ ਨਿੱਜੀ ਟੀਵੀ ਚੈਨਲ ਉੱਤੇ ਗੱਲਾਂ ਕਰ ਰਹੇ ਸਨ। ਵਜ਼ੀਰ-ਏ-ਮਾਮਲਕਤ ਦਾ ਕਹਿਣਾ ਸੀ ਕਿ وزیراعظم ਕਿਸੇ ਨਾਲ ਵੀ ਜ਼ਾਤੀ ਝਗੜਾ ਉਹਨਾਂ ਦਾ ਨਹੀਂ ਹੈ। ਪਰ ਉਹ ਬਦਦਿਆਨਤ ਤੇ تکبر ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰ ਰਹੇ ਉਹਨਾਂ ਉਮੀਦ ਕੀਤੀ ਕਿ ਬਲੋਚਿਸਤਾਨ ਨੈਸ਼ਨਲ ਪਾਰਟੀ ਮੇਂਗਲ ਗਰੁੱਪ ਦੀਆਂ ਸ਼ਿਕਾਇਤਾਂ ਛੇਤੀ ਦੂਰ ਕਰ ਦਿੱਤੀਆਂ ਜਾਣਗੀਆਂ ਤੇ ਉਹ ਹਕੂਮਤ ਦੇ ਇਤਿਹਾਦੀ ਰਹਿਣਗੇ ਐਫਬੀਆਰ ਨੇ ਟੈਕਸ ਦੇਣ ਵਾਲਿਆਂ ਨੂੰ ਯਾਦ ਦਿਵਾਇਆ ਹੈ ਕਿ ਉਹ ਅਸਾਸੇ ਜ਼ਾਹਿਰ ਕਰਨ ਦੀ 2019 ਦੀ ਸਕੀਮ ਦੇ ਤਹਿਤ 3 ਜੂਨ ਤੱਕ ਆਪਣੇ ਪਤੇ ਟੈਕਸ ਅਦਾ ਕਰ ਦੇਵਨ ਪੰਜਾਬ ਦੇ ਤਜਾਰਤ ਤੇ ਸਨਤਾਂ ਬਾਰੇ ਵਜ਼ੀਰ ਮੀਆਂ ਅਸਲਮ ਇਕਬਾਲ ਦੀ ਸਦਾਰਤ ਵਿੱਚ ਲਾਹੌਰ ਵਿੱਚ ਅਲਾ ਸਤਾਦਾਇ ਕਿ اجلاس ਹੋਇਆ ਖਜ਼ਾਨੇ ਦੇ ਸੁਬਾਈ ਵਜ਼ੀਰ ਹਾਸ਼ਮ ਜਵਾ ਬਖਤ ਵੀਡੀਓ ਲਿੰਕ ਦੇ ਜ਼ਰੀਏ اجلاس ਵਿੱਚ ਸ਼ਿਰਕ ਹੋਏ اجلاس ਵਿੱਚ ਕੋਰੋਨਾ ਵਬਾਦੀ ਸੁਰਤ ਹਾਲ ਵਿੱਚ ਪੰਜਾਬ ਬਰੋਜ਼ਗਾਰ ਸਕੀਮ ਦਾ ਜਾਇਜ਼ਾ ਲਿਆ ਗਿਆ ਸਕੀਮ ਦੇ ਤਹਿਤ ਕੋਰੋਨਾ ਵਬਾਦ ਤੋਂ متاثر ਕਾਰੋਬਾਰ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਲਈ ਕਾਰੋਬਾਰੀ ਲੋਕਾਂ ਨੂੰ ਕਰਜ਼ੇ ਦਿੱਤੇ ਜਾਣਗੇ ਇਹ ਕਰਜ਼ੇ 1 ਲੱਖ ਤੋਂ 5 ਲੱਖ ਰੁਪਏ ਤੱਕ ਦਿੱਤੇ ਨੇ ਇਹਲਾਸ ਇਚੇ ਲੋਕਾਂ ਨੂੰ ਕਰਜ਼ੇ ਦੇਣ ਦੇ ਅਮਲ ਨੂੰ ਸੌਖਾ ਬਣਾਉਣ ਬਾਰੇ ਮੁxtਲਿਫ ਤਜਵੀਜ਼ਾਂ ਦਾ ਜਾਇਜ਼ਾ ਵੀ ਲਿਆ ਗਿਆ ਹੁਣ ਤੱਕ ਦੀਆਂ ਇਹੀ ਖਬਰਾਂ ਸਨ ਹੋਰ ਖਬਰਾਂ ਤੇ ਤਬਸ ਸੁਣਨ ਲਈ ਸਾਡੀ ਵੈਬਸਾਈਟ radio.gov.pk ਨਾਲ ਜੁੜੇ ਰਹੋ ਚਤ ਕੇ ਫੇਸਬੁੱਕ ਦੇ ਸਫੇ ਰੇਡੀਓ ਪਾਕਿਸਤਾਨ ਪੰਜਾਬੀ ਉਤੇ ਤੁਸੀਂ ਖਬਰਾਂ ਸੁਣ ਤੇ ਵੇਖ ਵੀ ਸਕਦੇ ਹੋ